ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਮੁੜ ਕੇ ਫਿਰ ਮਰਨਾ ਨਾ ਆਵੇ। ਚਲੋ ਹੁਣ ਕਬੀਰ ਤੋਂ ਹੀ ਪੁੱਛ ਲਈਏ, ਤੁਹਾਡਾ ਗੁਰੂ ਕੌਣ? ਚਲੋ ਤੁਸੀਂ ਦੱਸੋ ਤੇ ਸਾਨੂੰ ਪਤਾ ਚੱਲ ਜਾਏ, ਤੁਹਾਡੇ ਗੁਰੂ ਦਾ ਸਾਨੂੰ ਪਤਾ ਚੱਲ ਜਾਏ। ਤੁਸੀਂ ਇਤਨੇ ਵੱਡੇ ਸੰਤ ਭਗਤ, ਤੁਸੀਂ ਇਤਨੇ ਵੱਡੇ ਆਤਮਦਰਸ਼ੀ ਅਤੇ ਗਿਆਨੀ, ਤੁਸੀਂ ਆਪਣਾ ਗੁਰੂ ਦੱਸੋ, ਤੁਹਾਡੇ ਗੁਰੂ ਦਾ ਨਾਂ ਕੀ ਹੈ? ਮੈਂ ਕਬੀਰ ਦੇ ਗੁਰੂ ਦਾ ਨਾਂ ਕਬੀਰ ਦੀ ਬਾਣੀ ਦੁਆਰਾ ਤੁਹਾਡੇ ਸਾਹਮਣੇ ਰੱਖਣ ਲੱਗਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਮੈਨੂੰ ਉਸ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਬਿਵੇਖੋ, ਜਿਹਨੂੰ ਗਿਆਨ ਕਹਿੰਦੇ ਨੇ, ਬਸ ਉਹੀ ਮੇਰਾ ਗੁਰੂ ਹੈ, ਹੋਰ ਕੋਈ ਮੇਰਾ ਗੁਰੂ ਨਹੀਂ। ਹੁਣ ਕਿਤਨੇ ਗੁਰੂ ਕਬੀਰ ਨਾਲ ਜੋੜੋ, ਤੁਸੀਂ ਜੋੜਦੇ ਰਹੋ। ਕਬੀਰ ਇੰਜ ਕਹਿੰਦਾ ਹੈ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਬਿਵੇਖੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਬਿਬਹੁਤ ਲਗਾਓ। ਗਿਆਨ ਦਾ ਮਿਲ ਜਾਣਾ ਹੀ ਭਗਵਾਨ ਦਾ ਮਿਲ ਜਾਣਾ। ਰੋਸ਼ਨੀ ਦੇ ਮਿਲਦਿਆਂ, ਰੋਸ਼ਨੀ ਦੇ ਆਉਂਦਿਆਂ ਸਭ ਕੁਝ ਦਿਖਾਈ ਦੇ ਜਾਂਦਾ। ਜੋ ਜੋ ਚੀਜ਼ ਜਿੱਥੇ ਜਿੱਥੇ ਪਈ ਹੈ ਸਭ ਦਿਖਾਈ ਦੇ ਜਾਂਦੀ ਹੈ, ਅਤੇ ਅੰਧੇਰਾ ਹੋ ਜਾਏ ਸਭ ਢੱਕਿਆ ਜਾਂਦਾ, ਇੱਕ ਵੀ ਨਹੀਂ ਦਿਖਾਈ ਦਿੰਦਾ। ਕਿਧਰੇ ਭਾਂਡੇ ਪਏ ਨੇ, ਕਿਧਰੇ ਸੋਨਾ ਪਿਆ, ਕਿਧਰੇ ਚਾਂਦੀ ਪਏ, ਕਿਧਰੇ ਫਰਨੀਚਰ ਪਿਆ, ਕਿਧਰੇ ਬਰਤਨ ਪਏ ਨੇ, ਅੰਧੇਰੇ 'ਤੇ ਕੁਛ ਵੀ ਨਹੀਂ ਦਿਖਾਈ ਦਿੰਦਾ। ਨਾ ਬਰਤਨ, ਨਾ ਸੋਨਾ, ਨਾ ਚਾਂਦੀ, ਨਾ ਫਰਨੀਚਰ, ਕੁਛ ਵੀ ਨਹੀਂ ਦਿਖਾਈ ਦਿੰਦਾ। ਸਿਰਫ ਇੱਕ ਰੋਸ਼ਨੀ ਹੋ ਜਾਏ, ਹਰ ਵਸਤੂ ਦੀ ਸੱਚਾਈ ਅਤੇ ਰੂਪ ਪ੍ਰਗਟ ਹੋ ਜਾਂਦਾ। ਹਰ ਵਸਤੂ ਦਾ ਰੂਪ ਪ੍ਰਗਟ ਹੋ ਜਾਂਦਾ ਰੋਸ਼ਨੀ 'ਚ। ਇਹ ਕੁਰਸੀ ਪਈ ਹੈ, ਇਹ ਮੇਜ਼ ਪਿਆ, ਇਹ ਸੋਨੇ ਦੇ ਗਹਿਣੇ ਪਏ ਨੇ, ਇਹ ਚਾਂਦੀ ਦੇ ਸਿੱਕੇ ਪਏ ਨੇ, ਇਹ ਕਿਤਾਬਾਂ ਪਈਆਂ ਨੇ, ਇਹ ਮੇਰੀਆਂ ਜੁੱਤੀਆਂ ਪਈਆਂ ਨੇ, ਇਹ ਮੇਰੇ ਕੱਪੜੇ ਨੇ, ਇਹ ਭਾਂਡੇ ਪਏ ਨੇ। ਰੋਸ਼ਨੀ 'ਤੇ ਸਭ ਕੁਝ ਦਿਖਾਈ ਦਿੱਤਾ, ਸਾਰਿਆਂ ਦਾ ਰੂਪ ਦਿਖਾਈ ਦਿੱਤਾ, ਸਾਰਿਆਂ ਦਾ ਵਜੂਦ ਦਿਖਾਈ ਦਿੱਤਾ। ਪਰਮਾਤਮਾ ਦੀ ਅਸਲੀਅਤ ਗਿਆਨ ਨਾਲ ਪਤਾ ਚੱਲਦੀ ਹੈ। ਗਿਆਨ ਪ੍ਰਗਟ ਹੋ ਗਿਆ, ਭਗਵਾਨ ਪ੍ਰਗਟ ਹੋ ਗਿਆ, ਰੋਸ਼ਨੀ ਹੋ ਗਈ, ਸਾਰੇ ਪਦਾਰਥ ਪ੍ਰਗਟ ਹੋ ਗਏ, ਸਾਰੇ ਪਦਾਰਥਾਂ ਦਾ ਰੂਪ ਪ੍ਰਗਟ ਹੋ ਗਿਆ। ਅੰਧੇਰਾ ਹੋ ਗਿਆ, ਸਾਰੇ ਹੀ ਪਦਾਰਥਾਂ ਦਾ ਰੂਪ ਛੁਪ ਗਿਆ, ਨਹੀਂ ਦਿਖਾਈ ਦੇ ਰਿਹਾ। ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਪਰਮਾਤਮਾ ਨੂੰ ਹਨੇਰੇ ਨੇ ਨਹੀਂ ਢਕਿਆ, ਐਸਾ ਕੋਈ ਅੰਧੇਰਾ ਨਹੀਂ ਜੋ ਪਰਮਾਤਮਾ ਨੂੰ ਢੱਕ ਦੇਵੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਤੁਸੀਂ ਆਖੋਗੇ, ਉਦਾਹਰਣ ਮੈਂ ਕਿਉਂ ਦਿੱਤਾ ਹੈ? ਇਸ ਵਾਸਤੇ ਦਿੱਤਾ, ਇੱਕ ਹੋਰ ਢੰਗ ਦਾ ਅੰਧੇਰਾ। ਮਨੁੱਖ ਦੀਆਂ ਅੱਖਾਂ ਹੀ ਆਉਂਦੀਆਂ ਨੇ, ਬਾਹਰ ਤੇ ਰੋਸ਼ਨੀ ਢੱਕਿਆ ਹੋਇਆ ਕੁਝ ਵੀ ਨਹੀਂ ਹੈ, ਸਭ ਕੁਝ ਪ੍ਰਗਟ ਹੈ। ਮਨੁੱਖ ਅੰਧਾ ਹੈ, ਇਸ ਕਰਕੇ ਨਹੀਂ ਦਿਖਾਈ ਦੇ ਰਿਹਾ, ਅੰਧੇਰਾ ਹੈ। ਅੰਧੇਰਾ ਇਸ ਕਰਕੇ ਨਹੀਂ ਕਿ ਅਗਿਆਨ ਕਰਕੇ ਭਗਵਾਨ ਢਕੇ ਹੋਇਆ ਹੈ। ਭਗਵਾਨ ਗਿਆਨ ਸਰੂਪ ਹੈ,
ਨਾਨਕ ਸੋਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਈ ਦੇ ਭੇਦ, ਪਰਮਾਤਮਾ ਗੁਰੂ ਹੈ ਗੁਰੂ ਪਰਮਾਤਮਾ ਹੈ, ਸੂਰਜ ਚਾਨਣਾ ਚਾਨਣਾ ਸੂਰਜ ਹੈ, ਪਰਮਾਤਮਾ ਗੁਰੂ ਹੈ ਗੁਰੂ ਪਰਮਾਤਮਾ ਹੈ। ਕਿਵੇਂ ਕੋਈ ਹਨੇਰਾ ਸੂਰਜ ਨੂੰ ਢਕੇਗਾ, ਕਿਸ ਤਰ੍ਹਾਂ ਢਕੇਗਾ, ਕੋਈ ਹੈ ਐਸਾ ਅੰਧੇਰਾ ਜੋ ਸੂਰਜ ਨੂੰ ਢੱਕ ਦੇਵੇ। ਸ਼ੇਖ ਸਾਦੀ ਨੇ ਇੱਕ ਕਹਾਣੀ ਲਿਖੀ ਹੈ ਜ਼ਰੂਰ,